ਫੌਜੀ ਜਵਾਨ ਦੀ ਮੌਤ ਦਾ ਮਾਮਲਾ ਭਗ ਚੁੱਕਿਆ ਹੈ। ਲੱਦਾਖ ਦੇ ਵਿੱਚ ਤੈਨਾਤ ਸੀ ਸੁਖਵਿੰਦਰ ਸਿੰਘ, ਜਿਨ੍ਹਾਂ ਦੀ ਮੌਤ ਹੋਈ ਹੈ। ਨੂਰਪੁਰ ਬੇਦੀ ਦੇ ਵਿੱਚ ਰਹਿੰਦੇ ਪਰਿਵਾਰ ਵਾਲਿਆਂ ਨੇ ਰੋਸ ਮੁਜ਼ਾਹਰਾ ਕੀਤਾ ਹੈ, ਕਿਹਾ ਕਿ ਮੌਤ ਦੀ ਅਸਲ ਵਜ੍ਹਾ ਨਹੀਂ ਦੱਸੀ ਜਾ ਰਹੀ, ਖੁਦਕੁਸ਼ੀ ਦੱਸ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਤਾਂ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ। ਬਟਾਲੀਅਨ ਅਤੇ ਪੰਜਾਬ ਸਰਕਾਰ ਜਵਾਨ ਦੀ ਮੌਤ ਬਾਰੇ ਸਥਿਤੀ ਸਾਫ਼ ਕਰੇ, ਤਾਂ ਇਹ ਜ਼ਿਕਰ ਜਿਹੜਾ ਹੈ ਉਹ ਪਰਿਵਾਰ ਦੇ ਵੱਲੋਂ ਕੀਤਾ ਗਿਆ। ਤਾਂ ਪਰਿਵਾਰ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ, ਖੁਦਕੁਸ਼ੀ ਦੱਸ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ। ਬਟਾਲੀਅਨ ਅਤੇ ਪੰਜਾਬ ਸਰਕਾਰ ਜਵਾਨ ਦੀ ਮੌਤ ਬਾਰੇ ਸਥਿਤੀ ਸਾਫ਼ ਕਰੇ। ਤਾਂ ਪਰਿਵਾਰ ਨੇ ਕਿਹਾ ਕਿ ਮੌਤ ਸੰਬੰਧੀ ਕਾਰਨਾਂ ਦੀ ਸਥਿਤੀ ਸਾਫ਼ ਹੋਣੀ ਚਾਹੀਦੀ ਹੈ, ਇਸ ਸੰਬੰਧੀ ਜਵਾਬ ਦਿੱਤਾ ਜਾਵੇ। ਬਟਾਲੀਅਨ ਜਵਾਬ ਦੇਵੇ, ਪੰਜਾਬ ਸਰਕਾਰ ਵੀ ਜਵਾਬ ਦੇਵੇ। ਲੱਦਾਖ ਦੇ ਵਿੱਚ ਤੈਨਾਤ ਸੀ ਸੁਖਵਿੰਦਰ ਸਿੰਘ। ਸਾਨੂੰ ਤਾਂ ਫੌਜ 'ਚੋਂ ਫੋਨ ਆਇਆ ਜੀ, ਕਹਿੰਦੇ ਤੁਹਾਡੇ ਬੇਟੇ ਦੀ ਡੈਥ ਹੋ ਗਈ ਜੀ, ਫਾਹਾ ਲੈ ਲਿਆ ਜੀ ਉਹਨਾਂ ਜੀ। ਤੁਹਾਡਾ ਬੇਟਾ? ਹਾਂਜੀ ਹਾਂਜੀ, ਬੇਟਾ ਜੀ। ਬਹੁਤ ਤੋਂ ਬਾਅਦ ਕਹਿੰਦੇ ਜੀ, ਬਸ ਦੂਆ ਦਿਨ ਫੋਨ ਆਇਆ, ਕਹਿੰਦੇ ਤੁਹਾਡਾ ਬੇਟਾ ਪੁੱਜ ਜਾਣਾ ਜੀ ਪਿੰਡ, ਕੱਲ੍ਹ ਨੂੰ ਫੋਨ ਕਰਦੇ, ਅੱਜ ਕੀਤਾ ਜੀ, ਅੱਜ ਵੀ ਇੱਥੇ ਭੇਜ ਦਿੱਤਾ ਜੀ, ਹੁਣ ਬਿਨਾਂ ਐਂਬੂਲੈਂਸ 'ਚ ਭੇਜਿਆ ਵਾ ਜੀ, ਕੋਈ ਉਹਦਾ ਸਮਾਨ ਅਤੇ ਨਹੀਂ, ਕੋਈ ਕੁਛ ਨਹੀਂ ਹੈਗਾ ਜੀ। ਜਿਹੜਾ ਤੁਸੀਂ ਮੰਗਿਆ ਪੋਸਟਮਾਰਟਮ ਫੋਟੋ, ਤੁਹਾਨੂੰ ਸਾਡੇ ਕੋਲ ਕੁਛ ਨਹੀਂ ਹੈਗਾ ਜੀ, ਕਹਿੰਦੇ ਸਾਡੇ ਕੋਲ ਹੈ ਨਹੀਂ, ਤਾਂ ਸਵੇਰ ਦੇ 10 ਵਜੇ 'ਤੇ ਫੋਨ ਕਰੀ ਜਾਂਦੇ, ਅਤੇ ਸਾਨੂੰ ਕੁਛ ਨਾ ਕੁਛ ਚਾਹੀਦਾ, ਪ੍ਰੂਫ ਦਓ ਵੀ ਕਿੱਦਾਂ। ਜਿਹੜੇ ਸਾਡੇ ਇੱਧਰ ਦੇ ਫੌਜੀ ਬੱਚੇ ਸਾਡੇ ਸ਼ਰਤਾਂ 'ਤੇ ਜਾ ਕੇ ਸ਼ਹੀਦ ਹੁੰਦੇ ਆ, ਸਰਕਾਰਾਂ ਵੱਲੋਂ ਲਵਾਰਸ ਬਣਾ ਕੇ ਪਿੰਡਾਂ ਵਿੱਚ ਭੇਜਿਆ ਜਾ ਰਿਹਾ, ਦੇਖੋ ਸਾਡੇ ਫੌਜੀ ਵੀਰਾਂ ਨਾਲ ਹੋ ਕਿਆ ਰਿਹਾ ਹੈ। ਅਸੀਂ, ਸਾਡੀ ਇਹੀ ਮੰਗ ਹੈ ਵੀ ਬੱਚਿਆਂ ਦਾ ਬਣਦਾ ਮਾਣ ਸਨਮਾਨ ਦਿਓ, ਅਤੇ ਜਿਹੜੇ ਇਹਨਾਂ ਦੇ ਡੈਥ ਦੇ ਕਾਰਨ ਹੈ, ਪ੍ਰਸ਼ਾਸਨ ਵੱਲੋਂ ਰੌਲਾ ਪਾਇਆ ਜਾ ਰਿਹਾ ਵੀ ਉਹਨੇ ਆਤਮ ਹੱਤਿਆ ਕੀਤੀ ਹੈ, ਉਹਨੇ ਆਤਮ ਹੱਤਿਆ ਨਹੀਂ ਕੀਤੀ ਹੈ, 23 ਸਾਲ ਦਾ ਬੱਚਾ ਸੀਗਾ, ਕੁਆਰਾ ਬੱਚਾ ਹੈ, ਕੋਈ ਹੈ ਨਾ ਪਰਿਵਾਰਕ ਉਹਦਾ ਕੋਈ ਲੈਣ ਦੇਣ ਨਹੀਂ ਸੀਗਾ, ਕੋਈ ਹੈ ਨਾ ਬੱਚਾ ਕਿੱਦਾਂ ਦਿੱਤ ਕਰ ਸਕਦਾ ਜੀ, ਆਪਣੀ ਸਥਿਤੀ ਸਪਸ਼ਟ ਕਰਨ, ਸਾਡੇ ਬੱਚੇ ਦਾ ਮਾਣ ਸਨਮਾਨ ਦੇਣ, ਅਸੀਂ ਪਰਿਵਾਰ ਦੇ ਨਾਲ ਹਮਦਰਦੀ ਦੇ ਨਾਲ ਖੜੇ ਹਾਂ, ਜੋ ਵੀ ਫੈਸਲਾ ਲੈਣਗੇ ਅਸੀਂ ਪਰਿਵਾਰ ਨਾਲ ਹਿੱਕ ਨਾਲ ਹਿੱਕ ਕਰਾਂਗੇ, ਪਰ ਬੱਚੇ ਨੂੰ, ਸਾਡੇ ਨੂੰ ਇਨਸਾਫ਼ ਮਿਲਣਾ ਚਾਹੀਦਾ।